ਤੁਸੀਂ ਦੇਖ ਰਹੇ ਹੋ ਸਾਂਚੀ ਵੀ। ਬਹੁਤ ਹੀ ਸਤਿਕਾਰਯੋਗ ਪਿਆਰੇ ਦਰਸ਼ਕ ਵੀਰੋ ਅਤੇ ਭੈਣੋ, ਮੈਂ ਤੁਹਾਡਾ ਆਪਣਾ ਸਰੂਪ ਸਿੰਘ ਕੜਿਆਣਾ ਲੋਕ ਇਨਸਾਫ ਪਾਰਟੀ ਵੱਲੋਂ ਜ਼ਿਲ੍ਹਾ ਜਲੰਧਰ ਦਾ ਮੁੱਖ ਸੇਵਾਦਾਰ ਬੋਲ ਰਿਹਾ। ਸੰਨ 2018 ਜਾ ਰਿਹਾ ਹੈ ਅਤੇ 2019 ਆ ਰਿਹਾ ਹੈ, ਜਿਹੜਾ ਸਾਲ ਨਵਾਂ ਚੜ੍ਹ ਰਿਹਾ ਹੈ 2019 ਦੀਆਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਪਰਮਾਤਮਾ ਮਿਹਰ ਕਰੇ ਇਸ ਸਾਲ ਅੰਦਰ ਕੋਈ ਵੀ ਮਾੜੀ ਘਟਨਾ ਨਾ ਵਾਪਰੇ, ਸਾਰੇ ਆਪੋ ਆਪਣੀ ਥਾਂ ਰਾਜ਼ੀ ਖੁਸ਼ੀ ਰਹਿਣ। 2019 ਸਾਲ ਦੀਆਂ ਜਿੱਥੇ ਅਸੀਂ ਖੁਸ਼ੀਆਂ ਮਨਾ ਰਹੇ ਹਾਂ, ਉੱਥੇ 1919 ਵਿੱਚ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਆਪਾਂ ਭੁੱਲੀਏ ਨਾ। ਉਹਨਾਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਸਾਰੇ ਧਰਮਾਂ ਵਾਲੇ ਵੀਰਾਂ ਭੈਣਾਂ ਨੇ ਰਲ ਕੇ ਸਾਂਝਾ ਖੂਨ ਡੋਲ ਕੇ ਜੋ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ, ਜਿੱਥੇ ਇਸ ਵਰ੍ਹੇ ਦੇ ਅੰਦਰ ਅਸੀਂ ਉਹਨਾਂ ਜਲ੍ਹਿਆਂਵਾਲੇ ਬਾਗ ਦੇ ਸਮੁੱਚੇ ਸ਼ਹੀਦਾਂ ਦੀ 100 ਸਾਲਾ ਵਰ੍ਹੇਗੰਢ ਮਨਾ ਰਹੇ ਹਾਂ, ਉੱਥੇ ਅਸੀਂ ਆਪਸ ਵਿੱਚ ਭਾਈਚਾਰਾ ਕਾਇਮ ਕਰਨ ਵਾਸਤੇ ਇੱਕ ਦੂਜੇ ਦੇ ਸਹਿਯੋਗੀ ਬਣੀਏ ਅਤੇ ਸੰਸਾਰ ਨੂੰ ਬੁਲੰਦੀਆਂ ਵਿੱਚ ਲੈ ਕੇ ਜਾਣ ਵਿੱਚ ਸਾਰੇ ਧਰਮਾਂ ਵਾਲੇ ਧਰਮਾਂ ਦੀ ਲੜਾਈ ਛੱਡ ਕੇ ਸਾਰੇ ਜਣੇ ਇਕੱਠੇ ਹੋ ਕੇ ਇੱਕਮੁੱਠ ਹੋ ਕੇ ਆਪਣੇ ਦੇਸ਼ ਦੀ ਤਰੱਕੀ ਵਾਸਤੇ ਕੰਮ ਕਰੀਏ। 2019 ਨਵੇਂ ਸਾਲ ਦੀਆਂ ਸਾਰੇ ਦਰਸ਼ਕਾਂ ਨੂੰ ਲੋਕ ਇਨਸਾਫ ਪਾਰਟੀ ਦੀ ਤਰਫ ਤੋਂ, ਮੇਰੇ ਵੱਲੋਂ, ਮੇਰੀ ਟੀਮ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਪਰਮਾਤਮਾ ਮਿਹਰ ਕਰੇ ਨਵਾਂ ਸਾਲ ਸੁੱਖਾਂ ਲੱਗਿਆ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।